ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਵੱਡੀ ਖੁਸ਼ ਖਬਰ 300 ਰੁਪਏ ਸਸਤਾ ਮਿਲੇਗਾ ਗੈਸ ਸਲੰਡਰ ਲੋਕਾਂ ਲੱਗਣਗੇ ਮੋਜਾ ਹੀ ਮੋਜਾ ਤਾਜ਼ਾ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ 3 ਦਿਨ ਬਾਅਦ ਭਾਵ 26 ਸਤੰਬਰ ਨੂੰ ਨਵਰਾਤਰੀ ਸ਼ੁਰੂ ਹੋਵੇਗੀ ਇਸ ਤੋਂ ਬਾਅਦ ਦਸ਼ਮੀ ਤੇ ਦੀਪਾਵਲੀ ਤੁਹਾਡੀਆਂ ਖੁਸ਼ੀਆਂ ਨੂੰ ਵਧਾਉਣ ਲਈ ਆਣਗੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਤੁਹਾਡੇ ਉਤਸ਼ਾਹ ਆ ਰੋਜ਼ਾਨਾ ਦੇ ਮੁਕਾਬਲੇ ਦੁੱਗਨੇ ਹੁੰਦੇ ਨੇ ਕਿਉਂਕਿ ਇਸ ਦੌਰਾਨ ਤੁਸੀਂ ਬਹੁਤ ਸਾਰੀ ਖਰੀਦਦਾਰੀ ਕਰਦੇ ਹੋ ਅਤੇ ਘਰ ਦੇ ਪਕਵਾਨ ਬਣਾਉਂਦੇ ਹੋ ਪਰ ਇਸ ਦੋਵਾਲੀ ਦੇ ਗੈਸ ਸਿਲੰਡਰ ਦੀਆਂ ਮਹਿੰਗੀਆਂ ਕੀਮਤਾਂ ਤੁਹਾਨੂੰ ਪਰੇਸ਼ਾਨ ਕਰ ਸਕਦੇ ਨੇ ਜੀ ਹਾਂ ਹੈ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਪੂਰੇ 300 ਰੁਪਏ ਦੀ ਹੋਵੇਗੀ ਬਚਤ ਜੀ ਹਾਂ ਇਸ ਤਿਉਹਾਰੀ ਸੀਜ਼ਨ 'ਚ ਗੈਸ ਸਿਲੰਡਰ ਤੇ ਪੂਰੇ 300 ਰੁਪਏ ਦੀ ਬਚਤ ਹੋਵੇਗੀ ਇਸ ਸਿਲੰਡਰ ਦੀ ਖਰੀਦ ਨੂੰ ਲੈ ਕੇ ਬਾਕੀ ਗੈਸ ਦੇਖਣ ਦੀ ਸਹੂਲਤ ਵੀ ਮਿਲੇਗੀ ਹੁਣ ਜੇ ਆ ਸਿਲੰਡਰ ਬਾਜ਼ਾਰ 'ਚ ਆਸਾਨੀ ਨਾਲ ਮਿਲ ਜਾਂਦਾ ਹੈ ਜਿਸ ਤੋਂ ਤੁਸੀਂ ਬਾਕੀ ਗੈਸ ਦਿੱਖਦੇ ਹੋ ਇਸ ਨਾਲ ਤੁਹਾਨੂੰ ਕਦੇ ਵੀ ਗੈਸ ਸਿਲੰਡਰ ਦੇ ਅਚਾਨਕ ਖਾਲੀ ਹੋਣ ਦੀ ਸਮੱਸਿਆ ਨਹੀਂ ਹੋਵੇਗੀ ਜਿਹਾ ਭਾਰ ਬਹੁਤ ਹਲਕਾ ਚੁੱਕਣ ਵਿੱਚ ਆਸਾਨ ਦੇਖਣ 'ਚ ਆਕਰਸ਼ਕ ਦੇ ਹੋਣਗੇ ਸਧਾਰਨ 14.2 ਕਿਲੋ ਦੇ ਸਿਲੰਡਰ ਵਿੱਚੋਂ ₹300 ਸਸਤਾ ਮਿਲੇਗਾ 10 ਦਾਸ ਦੇ ਕੇਸ 10 ਕਿਲੋਗ੍ਰam ਗੈਸ ਦੇ ਨਾਲ ਉਪਲਬਧ ਹੈ ਬਾਕੀ ਖਬਰਾਂ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ